ਇਹਨੂੰ ਆਪਾਂ ਥੋੜ੍ਹਾ ਜਿਹਾ ਮਿਕਸ ਕਰ ਲਿਆ ਅਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਖੰਡ ਦੀ ਇੱਕ ਬੋਲ ਆਪਾਂ ਲਈਏ ਸੀ। ਇਹਨੂੰ ਵੀ ਮਿਕਸ ਕਰ ਲਾਂਗੇ। ਖੰਡ ਵੀ ਆਪਣੀ ਮਰਜ਼ੀ ਮੁਤਾਬਕ ਤੁਸੀਂ ਪਾ ਸਕਦੇ ਹੋ, ਜਿਸ ਤਰ੍ਹਾਂ ਦਾ ਤੁਹਾਨੂੰ ਮਿੱਠਾ ਪਸੰਦ ਹੋਵੇ, ਘੱਟ ਵੱਧ ਉਸ ਤਰ੍ਹਾਂ ਤੁਸੀਂ ਪਾ ਸਕਦੇ ਹੋ। ਅਤੇ ਆਪਾਂ ਤਾਂ ਹਲਕਾ ਜਿਹਾ ਹੀ ਪਾਇਆ ਫਿਰ ਵੀ ਮਿੱਠਾ। ਅਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਐਡ ਦੁੱਧ। ਦੁੱਧ ਵੀ ਆਪਣੀ ਮਰਜ਼ੀ ਨਾਲ ਤੁਸੀਂ ਪਾ ਸਕਦੇ ਹੋ, ਜਿਸ ਤਰ੍ਹਾਂ ਕਿ ਪਿੰਨੀਆਂ ਬਣਾਉਣ ਦੇ ਵਿੱਚ ਥੋੜ੍ਹਾ ਤੁਹਾਨੂੰ ਠੀਕ ਲੱਗੇ। ਹੁਣ ਆਪਣਾ ਆਟਾ ਬਿਲਕੁਲ ਮਿਕਸ ਹੋ ਗਿਆ ਸਾਰਾ, ਅਤੇ ਇਹਦੀਆਂ ਆਪਾਂ ਬਣਾਉਂਦੇ ਹਾਂ ਹੁਣ ਪਿੰਨੀਆਂ। ਹਾਂਜੀ ਦੇਖੋ, ਇਸ ਤਰ੍ਹਾਂ ਆਪਾਂ ਬਣਾਵਾਂਗੇ ਸਾਰੀਆਂ ਪਿੰਨੀਆਂ। ਹਾਂਜੀ ਪਿੰਨੀਆਂ ਤੁਸੀਂ ਆਪਣੀ ਸਾਈਜ਼ ਦੇ ਮੁਤਾਬਕ ਬਣਾ ਸਕਦੇ ਹੋ।